ਜੀ ਆਹ ਸਾਈਪ੍ਰਸ ਦੇ ਹਾਲ ਦੇਖ ਲੋ ਜੀ, ਜਿਹੜੇ ਕਹਿੰਦੇ ਆ ਵੀ ਅਸੀਂ ਸਾਈਪ੍ਰਸ ਜਾਣਾ ਚਾਹੁੰਦੇ ਆ ਜਾਂ ਸਾਈਪ੍ਰਸ ਤੋਂ ਕਹਿੰਦੇ ਏਜੰਟ ਵੀ ਅੱਗੇ ਨਿਕਲ ਸਕਦੇ ਆ। ਆਹ ਦੇਖੋ ਜੀ ਅੱਗੇ ਨਿਕਲਣ ਡਏ ਆ ਪਹਾੜੀਆਂ ਤੋਂ ਭੇਡਾਂ ਨਾਲ। ਕੋਈ ਡੇਢ ਦੋ ਵਜੇ ਦਾ ਟਾਈਮ ਹੋ ਗਿਆ ਜੀ। ਆਹ ਪਹਾੜੀਆਂ ਉਹ ਪਿੱਛੇ ਜਿਹੜੀਆਂ ਲੱਭ ਰਹੀਆਂ ਸਾਰੀਆਂ ਪਹਾੜੀਆਂ ਤੇ ਘੁਮਾ ਕੇ ਲਿਆ ਜੀ। ਦੇਖੋ ਜੀ ਘੱਟੋ ਘੱਟ 550 ਦੇ ਕਰੀਬ ਭੇਡਾਂ ਨੇ ਬੱਕਰੀਆਂ ਵਿੱਚ। ਆਹ ਦੇਖੋ ਜੀ ਆਲੇ ਦੁਆਲੇ ਪਹਾੜ ਹੀ ਪਹਾੜ ਆ ਜੀ ਸਾਰੇ। ਇਹ ਹੋਰ ਅੱਧੇ ਘੰਟੇ ਤੱਕ ਹੌਲੀ ਹੌਲੀ ਜਾਣੀ ਹੈ ਜੀ। ਗਰਮੀ ਬਹੁਤ ਜ਼ਿਆਦਾ ਆ, ਤੁਸੀਂ ਦੇਖਦੇ ਹੋਣੇ ਮੈਂ ਜੈਕਟ ਪਾਈ ਆ, ਪਤਾ ਨਹੀਂ ਕਿੰਨੀ ਕਿੱਥੇ ਬਰਫ਼ ਪੈਂਦੀ ਆ। ਇਹ ਬਰਫ਼ ਨਹੀਂ ਪੈਂਦੀ ਵੀਰੇ, ਇਹ ਧੁੱਪ ਪੈਂਦੀ, ਧੁੱਪ ਤੋਂ ਬਚਣ ਵਾਸਤੇ ਰੰਗ ਕਾਲਾ ਨਾ ਹੋ ਜੇ। ਹਾਂਜੀ ਕਾਲਾ ਤਾਂ ਕੀ ਹੋਣਾ, ਵੈਸੇ ਦਿਲ ਨੂੰ ਤਸੱਲੀ ਦੇਣ ਵਾਸਤੇ ਇਹ ਪਹਾੜੀ ਦੇ ਆ ਅਤੇ ਹਾਲ ਮੰਦੇ ਆ ਜੀ ਸਾਈਪ੍ਰਸ ਦੇ। ਸਾਈਪ੍ਰਸ ਆਉਣ ਨਾਲੋਂ ਜੀ ਕੋਈ ਇੰਡੀਆ ਹੀ ਕੋਈ ਪੰਜਾਬ ਹੀ ਕੋਈ ਉੱਥੇ ਕੋਈ ਦੁਕਾਨ ਦਕੂਨ ਪਾਲੇ ਤਾਂ ਵਧੀਆ ਗੱਲ ਹੈ ਜੀ, ਜਾਂ ਕਿਤੇ ਦੁਬਈ ਦੁਬਈ ਨਿਕਲ ਜੇ। ਹਾਂਜੀ ਇਹ ਦੱਸਣਾ ਚਾਹੁੰਦਾ ਜੀ, ਜਿਹੜੇ ਏਜੰਟ ਭੈਣ ਦੇ ਯਾਰ ਜਿਹੜੇ ਧੁੱਖੇ ਨਾ ਕਹਿੰਦੇ ਨੇ ਵੀ ਆ ਜਾਓ ਇੱਥੇ ਆ ਜਾਓ, ਬਹੁਤ ਮੰਦਾ ਹਾਲ ਹੈ ਵੀਰੇ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ, ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।